ਕਿੱਥੇ ਚੱਲਿਆ ਕੁੜੀ ਆਈ ਪਾਪਾ ਮੈਂ ਕਾਲਜ ਜਾਂਦੀ ਸੀਗੀ ਧਿਆਨ ਰੱਖਣਾ ਕਿਸੇ ਗੱਲ ਦਾ ਮੈਨੂੰ ਲਾਂਭਾ ਨਾ ਨਹੀਂ ਪਾਪਾ ਇਹ ਜੀ ਕੋਈ ਗੱਲ ਨਹੀਂ ਹੋਊਗੀ ओए हाँ भाई काले जे सूट वाली किवें लगदी आ आओ वाली भाई हाँ भाई भाई कुड़ी दा घंट है यार मैनू लगदा नवी आई आ हाँ लगदी भी साऊ जी है वधिया गल आ यार जे साऊ आ अपनी गल्लां च आ जू फिर अच्छा तेरियां तां भाई पहली दिन ने फिर क्यों दा यार एक होर होजू अच्छा पुछिए फिर अजे नहीं दोपहरे जे पुछांगे दोपहरे पुछांगे होर छुट्टी भरजाई भी आई यार कि तेरी भरजाई बाग ना जावे लैक्चर लाउणा बैठी आ इत्थी आ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਗੁੱਸਾ ਤਾਂ ਨਹੀਂ ਕਰਦੇ ਜੀ ਬੋਲੋ ਤੁਸੀਂ ਮੈਂ ਤੁਹਾਨੂੰ ਲਾਈਕ ਕਰਦਾ ਜੀ ਇਹ ਕੀ ਕਹੀ ਜਾਂਦੇ ਹੋ ਮੈਂ ਬਹੁਤ ਦਿਨਾਂ ਤੋਂ ਨੋਟ ਕਰਦਾ ਜੀ ਤੁਹਾਨੂੰ ਜੀ ਪਰ ਮੈਂ ਤਾਂ ਨਹੀਂ ਵੇਖਦੀ ਮੈਂ ਸੱਚੀ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਜੀ ਤੁਸੀਂ ਕੀ ਬੋਲੀ ਜਾਂਦੇ ਹੋ ਦਿਮਾਗ ਤਾਂ ਠੀਕ ਹੈ ਤੁਹਾਡਾ ਮੇਰਾ ਸਾਰਾ ਦਿਨ ਧਿਆਨ ਤੁਹਾਡੇ ਕੋਲ ਨਹੀਂ ਰਹਿੰਦਾ ਜੀ ਮੈਂ ਤਾਂ ਕਾਲਜ 'ਚ ਨਵੀਂ ਆਈ ਹਾਂ ਤੇ ਮੇਰਾ ਧਿਆਨ ਕਿਸੇ ਵੱਲ ਨਹੀਂ ਹੁੰਦਾ ਮੈਂ ਸਿਰਫ ਆਪਣਾ ਪੜਨ ਨੂੰ ਤੱਕ ਧਿਆਨ ਰੱਖਦੀ ਆ ਤਾਂ ਹੀ ਤਾਂ ਤੁਸੀਂ ਮੈਨੂੰ ਵਧੀਆ ਲੱਗਦੇ ਕਿਸੇ ਮੁੰਡੇ ਵੱਲ ਵੇਖਦੇ ਵੀ ਨਹੀਂ ਹੈਗੇ ਯਾਰ ਮੇਰਾ ਯਕੀਨ ਮੰਨੋ ਮੈਂ ਸੱਚੀ ਬਹੁਤ ਪਿਆਰ ਕਰਦਾ ਤੁਹਾਨੂੰ ਯਾਰ ਕਿੱਥੇ ਜਾ ਰਹੇ ਕੁਛ ਤਾਂ ਦੱਸ ਜੋ ਯਾਰ ਮੈਂ ਤੁਹਾਨੂੰ ਇੱਕਦਮ ਹਾਂ ਕਿਵੇਂ ਕਰਦਾ ਤੁਹਾਨੂੰ ਮੈਂ ਜਾਣਦੀ ਵੀ ਨਹੀਂ ਹੈਗੀ ਕੋਈ ਹਾਂ ਨਾ ਜਵਾਬ ਤਾਂ ਦੇ ਜੋ ਚਲੋ ਮੈਂ ਤੁਹਾਨੂੰ ਸੋਚ ਕੇ ਦੱਸਦੀ ਆ ਸੱਚੀ मुंडा तो वैसे सोना है पर मैं हाँ करा कि ना करा चल देख दिया कालू जाके देख दिया की होंदा है कि पता कालू फिर मिले कुड़ी कपड़े पहन दे तो कितना टाइम हो गया थल्ले आया बहुत कम पहने आ रही है बाबा की आगा कदी इन्होंने भी नहीं मेनू प्यार ना बोलिया है सारा दिन गुस्से च ही रहिंदे ने हाय रब्बा अज मेरा पेपर वधिया हो जाए सच्ची अच्छा तू और की गल होगी नाराज हो गई सी दो दिन तो कॉलेज नहीं आए ना ना नाराज तो की होना है की पता लगदा नहीं नहीं मेरा दिल ही नहीं लग्या है थोड़े बिना बस अच्छा मेनू बस करे थोड़े जे काम सीगे मैं तो रोज वेट करता ही छोटी की पता नहीं कदों आऊंगे पता नहीं अच्छा चलो बैठ के गल कर दे की गल करनी है तू गल तो तुम्हें पता ही है अच्छा वो वाली गल हां जी ठीक है की सोचा फिर आ तो मैं जवाब लेके ही आना बहुत दिन हो गए हुन ता दस जो यार आई लव यू ले फिर जा रहा हूं मैं कुछ खबरी हेलो किवें जसी वो बता ठीक आ वो यार जिहड़ी कॉलेज च नहीं सी काले सूट वाली करती हाँ फस गई कबूतरी जाल च वो पार्टी कोई गल नहीं यार पार्टी जरूर करांगे दस कित्थे मिली है चल कोई ना मिल दिया फिर चल ठीक आ भाई ठीक आ ओके
बिछड़िया ने रूहां दियां गल्लां वे इश्कां दे पानी विच उठियां ने छलावे उठियां ने छलावे खोरे किथे खुंज गईयां खोरे किथे खुंज गईयां जो संग तेरे री जाने नोटिस भी कीता सीगा यार मैं तां तैनूं रोज नोटिस करदा सी अच्छा मैनूं इक गल दसो तुसीं मैनूं कदी छड्ड के तां नहीं जांदे ना मैं जमा नहीं छड्ड के आंदा मैं तां ब्याह वी तेरे नाल ही कराऊंगा हाय सच्ची होर मैं तां तुहाडे करके कॉल जाउंदा हुंदा सी फिर तुसीं घरे कर लो गल कोई ना बहुत जल्दी गल करांगे ठीक आ ਹੋਰ ਪੱਲਾ ਨਹੀਂ ਗਿਆ ਯਾਰ ਉਹ ਯਾਰ ਪੁੱਛਣਾ ਕੰਮ ਵਾਲੇ ਸੂਰ ਰੇਡ ਇਦਾਂ ਲੱਗ ਗਈ ਤਾਂ ਕਰਕੇ ਟਾਈਮ ਨਹੀਂ ਲੱਗਿਆ ਹੈਗਾ ਉਹਦਾ ਨਿਬੜ ਗਿਆ ਹਾਂ ਨਿਬੜ ਗਿਆ ਉਹ ਯਾਰ ਜੋਤ ਨਹੀਂ ਬੈਠਾ ਓਏ ਇਹ ਬਦੰਦਰ ਕਿਹਦੇ ਨਾਲ ਬੈਠਾ ਉਹ ਬੜੀ ਸੋਹਣੀ ਪੱਟ ਰੱਖੀ ਉਹ ਉਹੀ ਤਾਂ ਗੱਲ ਆ ਤੈਨੂੰ ਕੀ ਲੱਗਦਾ ਚੜ ਜੂ ਇਹਦਾ ਪੂਰੇ ਸਵਾਰ ਕੌਣ ਵੀ ਨਹੀਂ ਚੜਦਾ ਹੈਗਾ ਪਰ ਮੰਗੂ ਛੱਡੂ ਹਾਂ ਹਨਾ ਚੱਲ ਵੈਸੇ ਕਰਮ ਤੇਜ਼ ਨੇ ਇਹਦੇ ਬਦੰਦਰ ਦੇ ਓਏ ਕਰਮ ਤੇਜ਼ ਸਹੀ ਗੱਲ ਓਹੀ ਤਾਂ ਗੱਲ ਆ ਚੱਲ ਦੇਖਦੇ ਆਪਾਂ ਹਾਰ ਮੈਂ ਤਾਂ ਤੁਹਾਨੂੰ ਸਾਰੀ ਲਾਈਬ੍ਰੇਰੀ ਨਾਲ ਰੱਖਣਾ ਪੱਕਾ ਕਦੇ ਤਾਂ ਨਹੀਂ ਛੱਡਦੇ ਨਾ ਤੁਸੀਂ ਤਾਂ ਨਹੀਂ ਛੱਡਦੇ ਨਾ ਮੈਂ ਤਾਂ ਨਹੀਂ ਛੱਡਦੀ ਕਦੀ ਚੱਲ ਠੀਕ ਆ ਚੱਲ ਆ ਜਾਓ ਆਪਾਂ ਫਿਰ ਚੱਲੀਏ ਹੁਣ ਚਲੋ ਹੁਣ ਬਹੁਤ ਟਾਈਮ ਹੋ ਗਿਆ ਮੈਂ ਹੁਣ ਘਰੇ ਜਾਣੀ ਆ ਤੇ ਤੁਸੀਂ ਵੀ ਚੱਲ ਚੱਲ ਜਾਓ ਠੀਕ ਆ ਤੁਸੀਂ ਧਿਆਨ ਰੱਖਿਓ ਉਹਦਾ ਹਾਂ ਠੀਕ ਆ ਓਕੇ ਕਿੱਥੇ ਰੀਤ ਫੋਨ ਚੱਕਦੀ ਹੈਗੀ ਹੈਲੋ ਹੈਲੋ ਕਿੱਥੇ ਸੀ ਰੀਤਾ ਕੀ ਹੋਇਆ ਮੈਂ ਲੈਕਚਰ ਲਾਉਂਦੀ ਸੀਗੀ ਮੈਂ ਤੈਨੂੰ ਕਿੰਨੇ ਫੋਨ ਕਰੇ ਨੇ ਇੱਕ ਵੀ ਨਹੀਂ ਚੱਕਿਆ ਤੂੰ ਮੈਂ ਲੈਕਚਰ ਲਗਾ ਰਹੀ ਸੀਗੀ ਪਤਾ ਨਹੀਂ ਲੱਗਿਆ ਫੋਨ ਦਾ ਮੈਨੂੰ ਤੂੰ ਐਂ ਕਰ ਮੈਨੂੰ ਗਰਾਊਂਡ 'ਚ ਆ ਕੇ ਮਿਲ ਹਾਂ ਮੈਂ ਆਉਂਦੀ ਹਾਂ ਬਸ 5-10 ਮਿੰਟਾਂ ਦੇ ਵਿੱਚ ਆਈ ਮੈਂ ਜਲਦੀ ਆ ਮੈਨੂੰ ਜ਼ਰੂਰੀ ਕੰਮ ਆ ਬਹੁਤ ਅੱਛਾ ਠੀਕ ਹੈ ਆ ਗਈ ਜੋਤ ਨੂੰ ਕੀ ਹੋਇਆ ਇੱਕਦਮ ਕਿਉਂ ਬੁਲਾਇਆ ਉਹਨੇ ਮੈਨੂੰ ਚੱਲ ਪੁੱਛਦੀ ਆ ਜਾ ਕੇ ਜੋਤ ਕੀ ਆ ਰੀਤ ਇਹ ਕੀ ਬਦਤਮੀਜ਼ੀ ਕਰ ਰਹੇ ਹੋ ਜੋਤ ਤੁਸੀਂ ਕੀ ਹੋ ਗਿਆ ਰੀਤ ਮੇਰੀ ਗੱਲ ਸੁਣਦਾ ਅੱਛਾ ਆਪਾਂ ਬੈਠ ਕੇ ਗੱਲ ਕਰਦੇ ਆ ਜੋ ਕੋਈ ਬੈਠ ਕੇ ਗੱਲ ਨਹੀਂ ਕਰਨੀ ਤੁਸੀਂ ਐਂ ਕਾਹਤੋਂ ਕਰ ਰਹੇ ਅੱਜ ਤੋਂ ਕੋਈ ਕਾਲ ਜਾਂ ਮੈਸੇਜ ਮੈਨੂੰ ਆਵੇ ਨਾ ਜੋ ਤੁਸੀਂ ਕੀ ਬੋਲੀ ਜਾਂਦੇ ਦਿਮਾਗ ਤਾਂ ਠੀਕ ਹੈ ਤੁਹਾਡਾ ਜੋ ਮੈਂ ਕਹਿ ਰਿਹਾ ਠੀਕ ਆ ਸਾਰਾ ਕੁਝ ਜੋ ਤਾਂ ਐਂ ਕਿਵੇਂ ਕਹਿ ਸਕਦੇ ਤੁਸੀਂ ਮੈਂ ਤੁਹਾਨੂੰ ਪਿਆਰ ਕਰਦੀ ਆ ਪਰ ਮੈਂ ਨਹੀਂ ਪਿਆਰ ਕਰਦਾ ਤੈਨੂੰ ਜੋਤ ਉਹ ਤਾਂ ਤੁਸੀਂ ਏਡੇ ਏਡੇ ਵਾਅਦੇ ਕਰਦੇ ਸੀਗੇ ਮੈਂ ਕੀ ਵਾਅਦੇ ਕਰੇ ਕੋਈ ਵਾਅਦਾ ਨਹੀਂ ਕਰਿਆ ਤੇਰੇ ਨਾਲ ਜੋਤ ਗੱਲ ਸੁਣੋ ਮੇਰੀ ਇਹ ਕੀ ਕਹੀ ਜਾਂਦੇ ਹੋ ਤੁਸੀਂ ਮੈਂ ਕੋਈ ਗੱਲ ਨਹੀਂ ਸੁਣਦੀ ਜਿਹੜੀ ਗੱਲ ਕਹੀਤੀ ਮੈਂ ਠੀਕ ਆ ਜੋਤ ਐਵੇਂ ਥੋੜੀ ਹੁੰਦਾ ਪਿਆਰ ਕਰਦੀ ਆ ਮੈਂ ਤੁਹਾਨੂੰ ਜੋਤ ਕਦੇ ਤਾਂ ਤੂੰ ਆਵੇਗਾ ਵੇ ਉਸੇ ਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ ਕੀ ਕਰਾਂ ਹੁਣ ਹੁਣ ਮੈਂ ਕੀ ਕਰਾਂ ਮੈਂ ਕਰਨ ਨਾਲ ਗੱਲ ਕਰਦੀ ਹਾਂ ਉਹ ਤਾਂ ਕੁਛ ਦੱਸੂਗਾ ਹੀ ਕਿੱਥੇ ਆ ਇਹ ਫੋਨ ਹੀ ਨਹੀਂ ਚੱਕ ਰਿਹਾ
हेलो हेलो करण किथे सीगे मैं तेनू फोन लगाई जानी हूँ फोन ही नहीं चक रहे तुसी यार मैं कम लग रहा है करा कोई हाँ दासा अच्छा मैं थोड़े नाल ना गल करनी है जरूरी हाँ दासा ਆਪਾਂ ਕੱਲ ਨੂੰ ਮਿਲਦੇ ਆ ਪਾਰਕ ਦੇ ਵਿੱਚ ਤੇ ਮੈਂ ਤੁਹਾਨੂੰ ਉੱਥੇ ਸਾਰੀ ਗੱਲ ਕਲੀਅਰ ਕਰ ਦਿਆਂ ਕੋਈ ਗੱਲ ਨਹੀਂ ਫਿਰ ਆਪਾਂ ਕੱਲ ਨੂੰ ਮਿਲਦੇ ਮੈਂ ਦੱਸੂ ਕੀ ਗੱਲ ਹੋਵੇ ਠੀਕ ਹੈ ਠੀਕ ਆ ਹਾਂ ਠੀਕ ਹੈ ਅੱਜ ਭੈਣ ਕਿਸ ਦਿਨੇ ਹੀ ਰੀਤ ਅੱਜ ਕੱਲ ਚੋਈ ਨਹੀਂ रीत तू रीत आवाज नहीं सुनती मैं किन्नी आवाजा मारिया ने रीत तेन हाक मारिया वीरे तुसी की हो रही तेन कुछ नहीं वीरे चाह बना के मैं खेडनी है सीधी मैं बना देनी हूं ठीक है यार मैं उन्होंने भी पूछा कितने आ गया यार हेलो करण कितने हो मैं तो पहुंच गया यार तू कितने हो बस आ गई मैं भी मेनू भी 5 मिनट ही लगने हैं आ जा ठीक हूं तो कहीं मैं तेनु कोई जरूरी गल दसनी आप हल तक आई नहीं मैंने इतना टाइम हो गया यार उड़े आए बड़ा लेट हो गया मैं कदों दा आया ओ करण करे काम होंदे आ चलो आ जा यार चलाओ मैं थानू जरूरी गल दसनी सी जेड़ी मैं कर दिया ताडे नाल गल गल की है तू इना घबराई पई सी गल बैठो थानू मैं सारी गल दस दियां की हो गया करण तू सही कहंदा सीगा ओ मुंडा मेनू धोखा दे गया यार मैं तेनू पहले ही कहा सी मैं कहा वो बंदा सही नहीं हैगा मैं उन्हें प्यार कर दिया यार मैं तेनू पहले कह रहा सी भी की है यार तो प्यार कर दी थी उन्हें तेरे प्यार की कदर नहीं करी सही कह रहा करण उन्हें मेरे प्यार की कदर नहीं पाई मैं उन्हें इतना प्यार किया चल यार बढ़िया होया तेनू टाइम सिर पता लग गया चल यार तू मूड ना खराब कर चली आप तेनू घर छड़ दूं यार तू टेंशन ना ले मैं तेरे नाल हां वैसे उन्हें मेरे नाल सही नहीं किया करण जो भी है चल यार जो भी हो गया हूँ हो गया आ जा आजा यार टेंशन क्यों ले रही है तू यार चल ठीक है मैनू दसे नहीं गा कदा की है मैरी दा मैं ठीक है करण किन्ने दिन बाद कॉलेज आई ओ बस तेनू पता ही आ थोड़ा जा घर दा हो जांदा हणा बाकी अपसेट जा सीगा मूड मेरा मला तू भुल्ली नहीं उहनू हाले भुल्लिया किथे जांदा प्यार करदी सी मैं उहनू यार पेपर सिर ते आ रहे तू पढ़ाई वल ध्यान दे ओ ता चल ठीक है तेरी गल पर फिर यार वधिया होया छड गया यार तेनू शुक्र कर तू ਆਪਾਂ ਨੂੰ ਟਾਈਮ ਨਾਲ ਪਤਾ ਲੱਗ ਗਿਆ ਇਹ ਤਾਂ ਹੈ ਪਰ ਉਹਨੇ ਮੇਰੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਹੈਗਾ ਵੀ ਉਹ ਕੀ ਕਰੂਗੀ ਹਨਾ ਮੈਂ ਉਹਨੂੰ ਇੰਨਾ ਪਿਆਰ ਕਰਦੀ ਸੀਗੀ ਓਏ ਆ ਜਾ ਓਏ ਆ ਗਏ ਹੋਰ ਸੁਣਾ ਹੋਰ ਵਧੀਆ ਓਏ ਆ ਉਹ ਜੋਤ ਵਾਲੀ ਨਹੀਂ ਗਈ ਓਏ ਇਹ ਹੋਈ ਆ ਓਏ ਇਹ ਕਿਹਦੇ ਨਾਲ ਬੈਠੀ ਅੱਜ ਬਣਾ ਉਹ ਇਹ ਹੋਰ ਮੁੰਡੇ ਨਾਲ ਬੈਠੀ ਆ ਲੈ ਦੇਖ ਲੈ ਅੱਜ ਕੱਲ੍ਹ ਦਾ ਟਾਈਮ ਯਾਰ ਹਨਾ ਮੈਨੂੰ ਲੱਗਦਾ ਜੋਤ ਨੂੰ ਤੂੰ ਕਹੇ ਦੂ ਆਈ ਨਹੀਂ ਲੱਗਦਾ ਜੋਤ ਨੂੰ ਵੀ ਚੜਦੀ ਹਨਾ ਹਾਂ ਜੋਤ ਨੂੰ ਵੀ ਦੋ ਦੰਦੇ ਉੱਪਰ ਆਏ ਚੱਲ ਆਪਾਂ ਨੂੰ ਪੁੱਛ ਕੇ ਦੇਖੀ ਇਹ ਬਤਾ ਆਪਣੇ ਵੀ ਕਰਦੇ ਹਾਂ ਚੱਲ ਦੇਖਦੇ ਹਾਂ ਕੁੜੀ ਤਾਂ ਸੋਹਣੀ ਆ ਚੱਲ ਸਾਡੇ ਆ ਤੂੰ ਟੈਨਸ਼ਨ ਨਾ ਲੈ ਯਾਰ ਆ ਚੱਲੀਏ ਆਪਾਂ ਚੱਲਦੇ ਹਾਂ ਉਹ ਆ ਗਈ
ਪੁੱਛਾ ਫਿਰ ਹੈਂ ਲੈ ਲੈ ਕਿਵੇਂ ਹੋ ਸੋਹਣੇ ਹੋ ਕਿੱਧਰ ਚੱਲੇ ਕੀ ਬਦਤਮੀਜ਼ੀ ਕਰੀ ਜਾਂਦੇ ਹੋ ਇਹ ਬਦਤਮੀਜ਼ੀ ਕੀ ਆ ਜੇ ਸਾਡੇ ਨਾਲ ਦਿਲ ਲਾ ਲਉਂਗੇ ਕਿੱਡੀ ਕੁ ਗੱਲ ਆ ਹੋਰਾਂ ਨੂੰ ਵੀ ਸਾਵਾਂ ਦਿੰਦੀ ਹੋ ਸਾਨੂੰ ਵੀ ਦੇ ਦਿਓ ਆਪਣੇ ਜੁਲਫਾਂ ਦੀਆਂ ਸਾਵਾਂ ਤੁਹਾਨੂੰ ਅਕਲ ਨਹੀਂ ਬੋਲਣ ਦੀ ਕੁਛ ਨਹੀਂ ਹੁੰਦਾ ਆ ਜਾ ਹਾਂ ਛੱਡ ਮੇਰਾ ਬਦਤਮੀਜ਼ ਇਹਦੀ ਹਿੰਮਤ ਕਿਵੇਂ ਚਿਬੜਾ ਮਾਰਾਂ ਦੀ ਦੱਸ ਤੈਨੂੰ ਪਤਾ ਕੀ ਆ ਦੱਸ ਤੈਨੂੰ ਜਾ ਕੇ ਮੈਂ ਤੈਂ ਮੇਰੇ ਥੱਪੜ ਕਿਵੇਂ ਮਾਰਿਆ ਪਾਤੀ ਬਦਤਮੀਜ਼ੀ ਜੀ ਨਾ ਕਰ ਠੀਕ ਹੈ ਨਾ ਮੇਰਾ ਰਸਤਾ ਛੱਡ ਦੇ ਤੈਨੂੰ ਪਤਾ ਕੌਣ ਮੈਂ ਪਿੰਡ ਦੇ ਸਰਪੰਚ ਦਾ ਮੁੰਡਾ ਮੈਂ ਪਿੰਡ ਦੇ ਸਰਪੰਚ ਦਾ ਮੁੰਡਾ ਤੇ ਮੈਂ ਕੀ ਕਰਾਂ ਫਿਰ ਕਰਨਾ ਕੀ ਤੇ ਮੇਰੇ ਥੱਪੜ ਮਾਰਿਆ ਕਿਵੇਂ ਆ ਮਾਰ ਕੇ ਵਿਖਾਵਾਂ ਹੋਰ ਇੱਕ ਵੀ ਕਿਵੇਂ ਮਾਰੀਦਾ ਆ ਤੂੰ ਬਚ ਜਾ ਮੈਥੋਂ ਤੂੰ ਜਾਣ ਦੇ ਮੈਨੂੰ ਚੰਗੀ ਤਰ੍ਹਾਂ ਪਾਤੀ ਬਦਤਮੀਜ਼ੀ ਜੀ ਨਾ ਕਰ ਮੇਰੇ ਨਾਲ ਸਮਝ ਆ ਗਈ ਤੈਨੂੰ ਕਿੰਨੀ ਵਾਰ ਕਹਿਤਾ ਮੈਂ ਨਹੀਂ ਸਮਝਦਾ ਹੈਗਾ ਜਾਨੀ ਕਿਧਰ ਮੇਰਾ ਰਾਹ ਰੋਕਣ ਦੀ ਕੋਸ਼ਿਸ਼ ਨਾ ਕਰ ਠੀਕ ਹੈ ਨਾ ਪਰੇ ਹੋ ਜਾ ਇੱਥੋਂ ਕੋਈ ਨਾ ਦੇਖੂਗਾ ਤੈਨੂੰ ਹੁਣ ਤਾਂ ਵਗ ਜਾ ਸਰਪੰਚ ਦੇ ਪਿੰਡ ਦੇ ਮੁੰਡੇ ਦੇ ਹੱਥ ਚ ਕਹਿੰਦਾ ਓਏ ਆ ਜਾ ਬਾਈ ਯਾਰ ਓਏ ਸੋਹਣੀ ਬੜੀ ਆਈ ਓਹੀ ਤਾਂ ਗੱਲ ਆ ਸੋਹਣੀ ਜਿੰਨੀ ਹੈਗੀ ਆਪਾਂ ਉਹ ਕੰਡੇ ਦੇ ਲਾ ਉਹਨੀ ਦੇਖੀ ਆ ਕੋਈ ਨਹੀਂ ਕੋਈ ਦੇਖ ਨਹੀਂ ਛੋਟੀ ਉਹਨੀ ਦੇਖੀ ਇਹ ਵੀ ਕਰਾਂ ਇੱਕ ਪਾਸ ਆ ਜਾ ਟੈਨਸ਼ਨ ਨਾ ਲੈ ਹੋਰ ਬਾਈ ਕੀ ਹਾਲ ਹੈ ਉਹ ਕਿਵੇਂ ਆ ਬਾਈ ਵਧੀਆ ਹੋ ਠੀਕ ਆ ਵਧੀਆ ਵਧੀਆ ਹੋਰ ਭਜਾਈ ਦਾ ਕੀ ਹਾਲ ਹੈ ਕਿਹੜੀ ਭਜਾਈ ਯਾਰ ਮੈਂ ਭੁੱਲ ਗਿਆ ਤੇਰੇ ਤਾਂ ਕਿੰਨੀ ਇਹਨਾਂ ਨਾਲ ਗੱਲਬਾਤ ਆ ਹੋਰ ਤੂੰ ਕਿਹੜੀ ਦੀ ਗੱਲ ਕਰਦਾ ਰੀਤ ਦੀ ਅੱਛਾ ਯਾਰ ਉਹ ਰੀਤ ਦੀ ਹੋਰ ਕੀ ਹੋ ਗਿਆ ਬਸ ਉਹਦੇ ਨਾਲ ਤਾਂ ਆਪਣਾ ਨਿਬੜ ਗਿਆ ਯਾਰ ਕਿਉਂ ਕੀ ਗੱਲ ਹੋ ਗਈ ਬਾਈ ਉਹ ਯਾਰ ਥੋੜੀ ਜ਼ਿਆਦਾ ਸੀਰੀਅਸ ਹੋ ਗਈ ਸੀ ਲੈ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਂ ਤੈਨੂੰ ਫਿਰ ਆਪਣਾ ਪਤੀ ਆ ਤੇਰਾ ਪਤੀ ਚਲ ਬਾਈ ਉਹ ਮੈਂ ਸੁਣਿਆ ਤਾਂ ਬਾਰੇ ਪੈਸੇ ਵਾਲੀ ਕੀ ਯਾਰ ਪੈਸਾ ਤਾਂ ਹੈਗਾ ਸੀ ਉਹ ਤਾਂ ਗੱਲ ਹੈ ਫਿਰ ਹੁਣ ਕਿਵੇਂ ਕਰੀਏ ਦੁਬਾਰੇ ਕਰ ਲੈ ਬਾਈ ਕੁਛ ਨਹੀਂ ਹੋਣਾ ਪੈਸੇ ਬਥੇਰੇ ਨੇ ਉਹਦੇ ਇਹ ਵੀ ਯਾਰ ਗੱਲ ਤਾਂ ਤੇਰੀ ਵੀ ਸਹੀ ਆ ਪੈਸੇ ਪੂਸੇ ਖਾ ਲਾਂਗੇ ਦੁਬਾਰੇ ਹੋਰ ਚੱਲ ਕੋਈ ਨਾ ਬਾਈ ਮੈਂ ਦੇਖਦਾ ਉਹਨੂੰ ਫੋਨ ਕਰਕੇ ਇੱਕ ਵਾਰ ਹਾਂ ਫਿਰ ਕਰ ਜ਼ਰੂਰ ਆ ਕਰ ਚੱਕ ਲੂ ਫੋਨ ਤੈਨੂੰ ਪਤੀ ਆ ਬਾਈ ਠੀਕ ਹਾਂ ਚੱਲ ਕੋਈ ਨਾ ਫਿਰ ਤੈਨੂੰ ਦੱਸੂ ਕਿਵੇਂ ਗੱਲਬਾਤ ਬਣੀ ਦੱਸੀ ਮੈਨੂੰ ਪੱਕਾ ਹਾਂ 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 ਚੱਲ ਠੀਕ ਆ ਬਾਈ ਵਧੀਆ ਬਾਈ ਵਧੀਆ ਵਧੀਆ ਤੰਦਰਾ ਕਿੱਧਰ ਰਹਿਣਾ ਤੂੰ ਅੱਜ ਕੱਲ ਬਸੂਰੀ ਹੁਣਾ ਕਾਲਜ ਹੀ ਹੁਣਾ ਹੋਰ ਵਧੀਆ 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 ਹੋਰ ਫੇ ਕੀ ਬਣਦਾ ਅੱਜ ਕੱਲ ਰੀਤ ਨਾਲ ਤੇਰਾ ਓ ਯਾਰ ਭਰਾਵਾ ਕਾਹਨੂੰ ਕਹੇ ਇਹ ਗੱਲਾਂ ਕਰਦਾ ਤਾਂ ਫਰੈਂਡ ਆ ਮੇਰੀ ਯਾਰ ਕਹਿ ਰਿਹਾ ਸਾਨੂੰ ਸਾਰੇ ਹੀ ਪਤਾ ਹੈ ਉਹ ਨਹੀਂ ਨਹੀਂ ਯਾਰ ਸਾਨੂੰ ਗਲਤ ਫਹਿਮੀ ਹੈ ਭਰਾਵਾ ਪੁੱਛੀਏ ਤੂੰ ਦੱਸ ਉਹ ਨਹੀਂ ਯਾਰ ਇਹ ਜੀ ਗੱਲ ਨਹੀਂ ਸਾਨੂੰ ਕਿਹੜਾ ਪਤਾ ਨਹੀਂ ਤੂੰ ਲਾਈਕ ਕਰਦਾ ਦੱਸ ਦੇ ਯਾਰ ਆਪਦੀ ਦਿਲ ਵਾਲੀ ਗੱਲ ਬਾਈ ਪਤਾ ਲੱਗ ਜਾਂਦਾ ਦੇਖੇ ਤੂੰ ਚੱਲ ਯਾਰ ਆਹ ਗੱਲ ਤਾਂ ਹੈਗੀ ਆ ਯਾਰ ਪਰ ਅਸਲ 'ਚ ਯਾਰ ਮੈਂ ਕੀ ਕਰਾਂ ਯਾਰ ਕਹਿ ਨਹੀਂ ਆਉਂਦਾ ਉਹਨੂੰ ਯਾਰ ਕੁਛ ਨਹੀਂ ਹੁੰਦਾ ਦੇ ਕਦੇ ਮੌਕਾ ਹੋਰ ਕੋਈ ਨਾ ਵਿਚਾਰ ਜੇ ਇਹਦੇ ਗੱਲ ਔਰ ਟਾਈਮ ਦੇ ਨਾਲ ਹੀ ਚੱਲ ਯਾਰ ਇਹ ਵੀ ਗੱਲ ਠੀਕ ਹੈ ਮੈਂ ਕੱਲ੍ਹ ਨੂੰ ਕਹਿਣਾ ਤੁਹਾਨੂੰ ਬਾਕੀ ਹੋਰ ਵਧੀਆ ਕਰਦੀ ਕੰਮ ਪੱਕਾ ਫਿਰ ਬਸ ਕੱਲ੍ਹ ਨੂੰ ਕਰ ਦਾਂਗੇ ਪਾਰਟੀ ਕਿੱਥੇ ਦੇਣੀ ਹੈ ਕੱਲ੍ਹ ਨੂੰ ਪਾਰਟੀ ਜਿੱਥੇ ਕਹੋਗੇ ਤੁਹਾਨੂੰ ਉੱਥੇ ਕਰ ਦਾਂਗੇ ਚੰਗਾ ਯਾਰ ਓਕੇ ਜੋਤ ਦਾ ਫੋਨ ਹੈਲੋ ਨਹੀਂ ਮੈਂ ਤੇ ਘਰ ਆਂ ਆ ਗਈ ਤੈਨੂੰ ਹੁਣ ਮੇਰੀ ਯਾਦ ਅੱਛਾ ਆਉਣੀ ਆ ਫਿਰ ਹੁਣੀ ਆਉਣੀ ਆ ਮੈਂ ਇਹਨੂੰ ਪਤਾ ਨਹੀਂ ਕੀ ਯਾਦ ਆ ਗਈ ਅੱਜ ਮੈਂ ਬੇਇੱਜ਼ਤੀ ਘੱਟ ਕੀਤੀ ਆ ਹਾਂ ਜੋ ਤੇ ਤੁਸੀਂ ਬੁਲਾਇਆ ਮੈਨੂੰ ਕਿਵੇਂ ਰੀਤਾ ਬਹਿ ਜਾ ਕੋਈ ਨਾ ਬੈਠ ਕੇ ਗੱਲ ਕਰਦੇ ਆਪਾਂ ਦੱਸੋ ਕੀ ਗੱਲ ਆ ਰੀਤ ਯਾਰ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਯਾਰ ਮੈਂ ਸੱਚੀ ਨਹੀਂ ਤੇਰੇ ਬਿਨਾਂ ਰਹਿ ਸਕਦਾ ਨਹੀਂ ਉਦੋਂ ਕੀ ਹੋਇਆ ਸੀ ਕਿੰਨਾ ਕੁਝ ਬੋਲਿਆ ਤੁਸੀਂ ਮੈਨੂੰ ਉਹ ਤਾਂ ਸਾਰਾ ਕੁਝ ਇੱਕਦਮ ਖਤਮ ਕਰਤਾ ਸੀ ਤੁਸੀਂ ਯਾਰ ਰੀਤ ਮੈਂ ਮੰਨਦਾ ਮੇਰੇਥੋਂ ਗਲਤੀ ਹੋ ਗਈ ਮੈਂ ਕਿਸੇ ਦੀ ਗੱਲਾਂ ਵਿੱਚ ਆ ਗਿਆ ਸੀ ਗੱਲਾਂ ਵਿੱਚ ਤਾਂ ਮਤਲਬ ਤੁਸੀਂ ਇਹ ਤਾਂ ਦੇਖੋ ਨਾ ਵੀ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਆ ਯਾਰ ਮੈਂ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਜਦੋਂ ਮੈਂ ਤੁਹਾਡੇ ਤੋਂ ਦੂਰ ਹੋਇਆ ਮੈਨੂੰ ਪਤਾ ਕਿਵੇਂ ਰਿਹਾ ਯਾਰ ਤੁਹਾਨੂੰ ਪਤਾ ਮੈਂ ਤੁਹਾਨੂੰ ਕਿੰਨੇ ਫੋਨ ਕੀਤੇ ਕਿੰਨੇ ਮੈਸੇਜ ਕੀਤੇ ਤੁਸੀਂ ਤਾਂ ਮੈਨੂੰ ਬਲੌਕ ਪਾ ਰੱਖਿਆ ਸੀਗਾ ਚਲ ਰੀਤ ਯਾਰ ਸੌਰੀ ਹੁਣ ਤਾਂ ਮੰਨ ਜਾ ਚਲ ਠੀਕ ਆ ਰਸਤਾ ਮੈਂ ਰੀਤ ਮਾਲ ਦੀ ਦਿਲ ਦੀ ਗੱਲ ਕਹਿ ਦੇਣੀ ਆ
रीत यार फिर इहदे नाल गल करन लगी। केड़ी बोली सिख लई अखा ताने बाने बिन दसिया जुड़ गए लखा किसे दी हर गल कर जिया। जोत नूं अपनी गलती का एहसास तो होया सच अज मैनूं करन ने फोन ही नहीं किया मैं ही करती हाँ पता नहीं अज बिजी होना शायद हैलो करन कित्थे बिजी सी अज मैनूं फोन ही नहीं किया ना तू कॉलेज आया कम सी यार करे तां करके नहीं आया एहा जा की कम हो गया नाल तैनूं मैं सच्ची गल दसणी सीगी की दसणा यार गल तां मैं भी दसणी है चल दस पहला तू ही दस ले चल पहला तू दस चल मैं दसदा मेरी गल सुन जोत ने ना अज मैनूं उत्थे बुलाया पार्क च ते उहने अपनी गलती दा एहसास कीता आ सॉरी मंगी सी उहने मेरे तों ठीक है यार की होया तैनूं खुशी नहीं होई हैगी वी मैनूं जोत ने दोबारा अक्सैप्ट कर लिया लाइक तां मैं भी करदा यार तैनूं की बोली जाने हो करन तुसी अपा अच्छे दोस्त हां यार प्यार करदा मैं तेनू करन ए कदों हो गया सब मैं तो थोनू एक चंगा दोस्त समझदी सीगी करन अपा चंगे दोस्त हां मैं हुण तक सिर्फ थोड़े नाल दोस्त तरह ही रही हां ठीक है हुण तुसी ए गल्लां ते आ रहे हो थोनू पता ना मैं जोत नू किन्ना प्यार करदी हां यार बहुत ज्यादा प्यार करदा यार मैं तेनू यार ए की कही जा रहे हो थोनू पता ना मैं जोत बिना नहीं रह सकदी हैगी यार तू भी समझ यार मेरी गल नू मैं कुछ नहीं समझना करण मैनू आज तो बाद फोन ना करी मैं मर जूं यार तेरे बिना पता नहीं तू कही जे गल्ला करी जाना री गलता सुन ला पता नहीं करण नु की होया पया नल नु पता वे मैं जोत नु किन्ना प्यार करदी हां ते मैं ओहदे बिना रह नहीं सकदी फिर भी अपने आप ही कही जांदा आ वी मैं तैनूं प्यार करदा पता नहीं ओहनूं कदों प्यार आ गया करन तू इत्थे की कर रहा बस वैसे ही बैठा सी नाल तू मेरा फोन नहीं चेक करिया मैं किन्ने फोन कीते तैनूं देख यार तू तो कह सी मैनू फोन ना करी मैं ना किया ना चुकया अच्छा चल तेन मैं गल दस दिया बैठ सॉरी यार मैनू रिलाइज होया भी ओदे उत्ते मैं दोबारा फिर भरोसा करया ते उहने मेरा फिर भरोसा तोड़िया ते मैं तेरे ते इन्ना गुस्सा किया उस दिन भी तू मैनू कहा भी मैं तेनू प्यार करदा है ना मैं तेरी कदर नहीं की तो मैनू सॉरी प्लीज़ मैनू माफ कर दे यार वो गल तो ठीक है यार यार हुण नहीं यार तेनू ओदी कॉल आ गई फिर तू ओदे बल्ले जाना नहीं जांदी करन थोड़ा हुण तां तुसी समझो यार तू मैनू समझदी करन प्लीज नहीं यार हुण नहीं।